ਵਾਲੇਕੁਮ ਸਲਾਮ। ਕੀ ਨਾਂ ਹੈ ਵੀਰ ਤੇਰਾ? ਸੁਭਾਨ। ਤੁਹਾਡਾ ਕੀ ਨਾਂ ਹੈ ਸਰ? ਸੁਭਾਨ। ਉਹ ਮਾਨ ਡੋਗਰ। ਤੇ ਭਾਈ ਜਾਨ ਉਮਰ ਕਿੰਨੀ ਹੈ ਤੁਹਾਡੀ? ਤੁਹਾਡੀ ਤੁਸੀਂ ਦੋਵੇਂ ਭਾਈ ਹੋ? ਜੁੜਵਾ ਭਾਈ ਹੋ। ਤੇ ਅੱਛਾ, ਕਿੰਨੇ ਕੁ ਮਾਲ ਡੰਗਰ ਤੁਸੀਂ ਰੱਖਿਆ ਹੈ? 15-20 ਮਹੀਆਂ। ਤੇ ਇਹ ਤੁਸੀਂ ਇਕੱਲੇ ਹੀ ਇਹਨਾਂ ਦਾ ਸ਼ੌਕ ਕਰਦੇ ਹੋ, ਪੱਠੇ ਪੁੱਠੇ ਪਾਉਂਦੇ ਹੋ ਕਿ ਹੋਰ ਕੋਈ ਰੱਖਿਆ ਬੰਦਾ? ਇਕੱਲੇ ਹੀ ਆ। ਚਲੋ ਪਹਿਲਾਂ ਐਸ ਭਾਈ ਕੋਈ ਤਾਰਫ ਕਰਦੇ ਹਾਂ। ਤੇ ਕਿੰਨੀ ਕੁ ਦੇਰ ਹੋ ਗਈ ਸ਼ਹਿਜ਼ਾਦੇ ਆ ਇਹ ਪੱਠੇ ਪੁੱਠੇ ਪਾਉਂਦੇ ਆ, ਇਹ ਕੰਮ ਕਰਦੇ ਆ? ਠੀਕ ਹੈ। ਅੱਬੂ ਹੋਰਾਂ ਤੋਂ, ਦਾਦੇ ਹੋਰਾਂ ਤੋਂ ਕੰਮ ਚੱਲਦਾ ਪਿਆ? ਤੇ ਪੱਠੇ ਪੁੱਠੇ ਕੀ ਪਾਉਂਦੇ ਹੋ ਡੰਗਰਾਂ ਨੂੰ? ਪੱਠੇ ਪਾਸੇ ਆਏ ਕਣਕ ਤੇ ਸ਼ਟਾਲਾ। ਅੱਛਾ, ਪਰਾਲੀ। ਠੀਕ ਹੈ। ਤੇ ਜਵਾ ਜਵਾ। ਤੇ ਤਾਰਾਂ ਤੁਰਾਂ ਆਪ ਹੀ ਕੱਢਦੇ ਹੋ ਨਾ? ਠੀਕ ਹੈ। ਤੇ ਸੌਖੀਆਂ ਹੀ ਕੱਢ ਲੈਂਦੇ ਹੋ? ਕਿੰਨਾ ਕੁ ਦੁੱਧ ਚੋਂਦੇ ਹੋ ਇੱਕ ਟਾਈਮ ਦਾ? ਇੱਕ ਟਾਈਮ ਦਾ ਤੇ ਆਹੋ, ਕਿੰਨਾ ਕੁ ਦੁੱਧ ਹੋਈ ਜਾਂਦਾ? ਚਾਰ ਮਣ। ਤੇ ਕਿੰਨਾ ਕਿੰਨਾ ਮੱਝਾਂ ਦੁੱਧ ਦਿੰਦੀਆਂ? ਗਾਈਆਂ ਵੀ ਰੱਖੀਆਂ ਨੇ? ਕਿੰਨਾ ਕਿੰਨਾ ਦੁੱਧ ਦਿੰਦੀਆਂ ਫੀ ਗਾਈ? 20-20 ਕਿਲੋ ਦੁੱਧ ਦਿੰਦੀਆਂ ਨੇ। ਚਲੋ ਹੁਣ ਐਸ ਸ਼ਹਿਜ਼ਾਦੇ ਨੂੰ ਪੁੱਛਦੇ ਆ, ਧਾਰਾਂ ਧੁਰਾਂ ਆਪ ਹੀ ਕੱਢਦੇ ਹੋ ਭਾਈ? ਠੀਕ ਹੈ। ਤੇ ਪੈਲੀ ਪੂਲੀ ਜਿਹੜੀ ਹੋਣੀ ਚਾਹੀਦੀ ਹੈ ਇਹ ਆਪਣੀ ਹੋਣੀ ਚਾਹੀਦੀ ਹੈ ਕਿ ਠੇਕੇ ਠੁਕੇ 'ਤੇ ਵੀ ਹੋਏ ਤਾਂ ਕੰਮ ਚੱਲ ਜਾਂਦਾ ਡੰਗਰਾਂ ਦਾ? ਠੀਕ ਹੈ, ਠੇਕੇ 'ਤੇ ਨਹੀਂ ਹੋਣੀਆਂ ਚਾਹੀਦੀਆਂ, ਉਹ ਪੈਸੇ ਵੱਖਰੇ ਪੈ ਜਾਂਦੇ ਨੇ। ਤੇ ਦੁੱਧ ਸ਼ੁੱਧ ਆਪ ਹੀ ਦੇ ਕੇ ਆਉਂਦੇ ਹੋ ਕਿ ਕੋਈ ਬੰਦਾ ਰੱਖਿਆ? ਆਪ ਹੀ ਦੇ ਕੇ ਆਉਂਦੇ ਹੋ। ਤੇ ਜਿਹੜੀ ਕੋ ਮਾਝ ਤੁਹਾਡੇ ਪਸੰਦ ਹੀ ਹੈ ਤੁਹਾਡੇ ਮੱਝਾਂ ਦੇ ਵਿੱਚੋਂ, ਉਹ ਕੋ ਵਹਾਣਾ ਚਾਹੋ ਸਾਨੂੰ? ਇਹ ਲਾਗੇ ਖਲੋਤੀ। ਅੱਛਾ, ਇਹ ਹੀ ਮਾਝ ਸਭ ਤੋਂ ਪਸੰਦ ਹੈ? ਠੀਕ ਹੋ ਗਿਆ। ਤੇ ਗਾਵਾਂ ਗੂਵਾਂ ਵੀ ਤੁਸੀਂ ਰੱਖੀਆਂ ਨੇ, ਉਹਨਾਂ 'ਚੋਂ ਕੋ ਪਸੰਦ ਹੋਏ ਜਿਹੜੀ? ਕਾਲੀ। ਕਾਲੀ, ਠੀਕ ਹੈ। ਅੱਛਾ, ਮੱਝਾਂ ਸੱਜਰੀਆਂ ਕਿੰਨੀਆਂ ਕੁ ਨੇ ਤੁਹਾਡੇ ਕੋਲ? ਠੀਕ ਹੋ ਗਿਆ। ਖਾਂਗੜਾ ਖੁੰਗੜਾ ਵੀ ਵਿੱਚ ਹੈ ਨੇ? ਠੀਕ ਹੈ। ਤੇ ਜਾਜੂ ਸਾਂਭਦੇ ਹੋ ਤੁਸੀਂ ਕਿ ਨਹੀਂ? ਠੀਕ ਹੈ, ਪਾਲੇ ਨੇ ਜਾਸ਼ਾ? ਠੀਕ ਹੈ। ਜਾਸ਼ਾ ਜਿਹੜੇ ਮਰ ਜਾਂਦੇ ਨੇ ਉਹ ਕੀ ਹਿਸਾਬ ਕਿਤਾਬ, ਉਹਦੇ ਬਾਰੇ ਕੁਝ ਦੱਸਣਾ ਚਾਹੋ? ਅੱਛਾ, ਠੀਕ ਹੈ। ਤੇ ਬਿਮਾਰੀ ਬਿਮੂਰੀ ਲਈ ਕਿਹੜੀ ਕੁਛ ਐਸ਼ ਊ ਦੇਣੀ ਚਾਹੀਦੀ ਹੈ ਇਹਨਾਂ ਨੂੰ? ਕੋਈ ਮਸਾਲਾ ਮਸੂਲਾ ਕਿਹੜਾ ਹੁੰਦਾ ਉਹ? ਗੰਢੇ 5 ਗ੍ਰਾਮ ਦਾ, 5 ਗ੍ਰਾਮ ਦਾ ਟੀਕਾ ਜਿਹੜਾ ਵਾਹਵਾ ਚੰਗਾ। ਠੀਕ ਹੋ ਗਿਆ। ਹੋਰ ਇਹਨਾਂ ਦੇ ਬਾਰੇ 'ਚ ਕੀ ਕੁਝ ਦੱਸਣਾ ਚਾਹੋਗੇ ਤੁਸੀਂ ਸਾਨੂੰ? ਕਿ ਡੰਗਰ ਡੁੰਗਰ ਰੱਖਣੇ ਚਾਹੀਦੇ ਨੇ ਜਾਂ ਕੋਈ ਫਾਇਦਾ ਫੂਦਾ ਇਹਨਾਂ 'ਚੋਂ ਹੈ? ਪੈਸੇ ਪੂਹੇ ਹੁੰਦੇ ਨੇ ਚੰਗੇ? ਦੱਸੋ ਨਾ ਕੋਈ ਕੀ ਰੱਖਣਾ ਚਾਹੀਦਾ, ਕੀ ਹਿਸਾਬ ਕਿਤਾਬ ਹੈ? ਕਿਉਂ ਬਈ ਸੁਭਾਨ ਡੋਗਰ ਰੱਖਣੇ ਚਾਹੀਦੇ ਨੇ? ਠੀਕ ਹੋ ਗਿਆ। ਲਓ ਜੀ, ਆ ਵੀਰਾਂ ਦਾ ਹੀ ਇੰਟਰਵਿਊ ਕਰਨੇ ਹਾਂ, ਫਿਰ ਤਾਰਫ ਇਹਨਾਂ ਦਾ ਕਰਵਾਇਆ ਤੁਹਾਨੂੰ ਦੋਸਤਾਂ ਨੂੰ। ਤੇ ਇਹ 12 ਸਾਲ ਦੋਵਾਂ ਦੀ ਉਮਰ ਜੇ, ਅਤੇ ਹੈ ਵੀ ਦੋਵੇਂ ਜੁੜਵਾ ਭਰਾ ਨੇ, ਅਤੇ ਆਪ ਹੀ ਆ ਸਾਰੇ ਮਾਲ ਡੰਗਰ ਨੂੰ ਜਿਹੜਾ ਨਾ ਇਹ ਸੰਭਾਲਦੇ ਨੇ ਪੇ। ਅਤੇ ਅੱਬੂ ਹਰੀ ਵੀ ਕੋਈ ਹੱਥ ਪੱਲਾ ਨਾਲ ਪਵਾਉਂਦੇ ਜੇ? ਬਿਲਕੁਲ ਹੀ ਨਹੀਂ, ਆਪ ਹੀ ਕਰਦੇ ਕੁਰਦੇ ਹੋ। ਅਤੇ ਪੱਠੇ ਪੁੱਠੇ ਕਿੱਥੋਂ ਲਿਆਉਂਦੇ ਹੋ ਤੁਸੀਂ ਪੱਠੇ ਪੁੱਠੇ? ਠੀਕ ਹੈ, ਇਹ ਨੇੜੇ ਹੀ ਨੇ ਪੈਲੀਆਂ? ਠੀਕ ਹੈ, ਇਹ ਆਪਣੀਆਂ ਹੀ ਨੇ ਪੈਲੀਆਂ? ਸਹੀ ਹੋ ਗਿਆ। ਤੇ ਕਿੰਨੀ ਕੁ ਪੈਲੀ ਰੱਖੀ ਹੈ ਇੰਨੇ ਕੁ ਮੱਝਾਂ ਲਈ? ਆਪਣੀ ਤੇ 3-4 ਕਿੱਲੇ। ਸਹੀ ਹੈ, 3-4 ਕਿੱਲਿਆਂ ਦੇ ਨਾਲ ਕੰਮ ਚੱਲ ਜਾਂਦਾ? ਸੌਖਾ? ਕਿਤੋਂ? ਬਾਹਰੋਂ ਵੀ ਲੈਣੇ ਪੈਂਦੇ ਨੇ? ਠੀਕ ਹੈ। ਬਾਹਰੋਂ ਕਣਕ ਸ਼ਣਕ ਦਾ ਕੀ ਰੇਟ ਹੈ ਅੱਜ ਕੱਲ? ਠੀਕ ਹੈ। ਅੱਛਾ, ਜਿਹੜਾ ਵੰਡਾ ਵੁੰਡਾ ਕਿਹੜਾ ਪਾਉਂਦੇ ਹੋ ਡੰਗਰਾਂ ਨੂੰ ਪੇ? ਖਾਲ, ਕੋਰੀ ਖਾਲ। ਅੱਛਾ, ਦਰੀਆ, ਚੋਖਰ। ਸਹੀ ਹੈ, ਚੋਖਰ ਹੀ ਪਾਈਦਾ। ਸਹੀ ਹੈ। ਤੇ ਵੰਡਾ ਭਿਉਂ ਕੇ ਪਾਉਂਦੇ ਹੋ ਜਾਂ ਇੰਜ ਹੀ ਸੁੱਕਾ ਹੀ? ਭਿਉਂ ਕੇ। ਤੇ ਇਹ ਭਾਈ ਹੋਰੀ ਕੁਝ ਦੱਸਣਾ ਚਾਹ ਰਹੇ ਨੇ ਸਾਨੂੰ, ਵੰਡਾ ਵੁੰਡਾ ਕੀ ਬਈ ਪਾਉਂਦੇ ਹੋ ਸ਼ੇਰਾ? ਆਹੋ, ਵੰਡਾ ਪਾਈਦਾ ਕੋਰੀ ਖਾਲ। ਅੱਛਾ ਅੱਛਾ, ਛਿੱਲਰ। ਸਹੀ ਹੈ। ਠੀਕ ਹੈ। ਤੇ ਕਦੇ ਦੋਵੇਂ ਭਰਾ ਆਪਸ ਚ ਲੜੇ ਤੇ ਨਹੀਂ? ਨਹੀਂ ਲੜੇ, ਕਿਉਂ ਨਾ ਲੜੇ? ਅੱਛਾ ਜੀ,
ਠੀਕ ਹੈ ਤੇ ਤਗੜਾ ਕਿਹੜਾ ਦੋਵਾਂ ਚੋਂ ਮੈਂ ਤੂੰ ਤਗੜਾ ਇਹ ਮੱਠਾ ਹੀ ਹੈ ਇਹਨੂੰ ਕਦੀ ਫੰਡਿਆ ਵੀ ਹੈ ਚੰਗਾ ਹਾਂਜੀ ਕਿੰਨੀ ਕੁ ਵਾਰੀ ਦੋ ਵਾਰੀ ਤੇ ਢਾਟੂ ਵੀ ਲੈਣਾ ਇਹਨੂੰ ਹਾਂਜੀ ਹੋਈ ਹੈ ਕਦੇ ਕੁਸ਼ਤੀ ਕੁਸ਼ਤੀ ਹਾਂਜੀ ਘਰ ਹੋਈ ਅੱਛਾ ਕਿਵੇਂ ਕੁਸ਼ਤੀ ਲੜਦੇ ਕਿਹੜੀ ਗੱਲ ਤੋਂ ਮੈਂ ਦੱਸਾਂ ਜ਼ਰਾ ਤਫਸੀਲ ਨਾਲ ਵੱਡੀਆਂ ਤੋਂ ਮਈਆਂ ਤੋਂ ਮਈਆਂ ਤੋਂ ਕੀ ਇਹ ਆਂਦਾ ਮੈਂ ਝੋਣੀਆਂ ਨੇ ਨਹੀਂ ਹਾਂ ਇਹ ਆਂਦਾ ਮਈਆਂ ਲੈਣ ਅੱਛਾ ਤੇ ਤੂੰ ਕੀ ਅੱਛਾ ਠੀਕ ਹੈ ਤੇ ਹਾਂ ਬਾਈ ਤੂੰ ਕੁੱਟ ਖਾ ਲੈਣਾ ਇਹਦੇ ਕੋ ਹਾਂ ਦੱਸ ਹਾਂ ਜਰਾ ਤੂੰ ਵੀ ਆਪਣੇ ਤਾਰੀਫ ਦੇ ਭਾਈ ਪੇ ਤੂੰ ਤਗੜਾ ਕੇ ਅੱਛਾ ਅੱਛਾ ਜੀ ਲੈ ਬਾਈ ਜਾਣੇ ਤੇ ਜਿਹੜਾ ਨਾ ਬਹੁਤ ਤੇਜ਼ ਨੇ ਇਹ ਤੇ ਜਿਹੜਾ ਇੰਟਰਵਿਊਅਰ ਇਹਨਾਂ ਦਾ ਉਹਨੂੰ ਕੁੱਟਾਂ ਨੂੰ ਫਿਰਦੇ ਨੇ ਪੇ ਤੇ ਆਪਣੇ ਦੋਸਤਾਂ ਕੋਲ ਜ਼ਿਆਦਾ ਚਾਹਵਾਂਗੇ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੋਂ ਇਹਦੀਆਂ ਮਜ਼ੀਦ ਵੀਡੀਓਜ਼ ਵੇਖਣ ਲਈ ਅਤੇ ਹੌਸਲਾ ਅਫਜ਼ਾਈ ਲਈ ਵੀਡੀਓ ਨੂੰ ਲਾਈਕ ਕਰੋ